ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਜਿੰਨੀ ਦੇਰ ਤੱਕ ਆਪਾਂ ਨੂੰ ਮਨ ਦਾ ਜਾਂ ਗੁਰਮੰਤਰ ਦਾ ਭੇਤ ਨਹੀਂ ਆਇਆ, ਪਰ ਆਪਾਂ ਸਹਿ ਸਭਾਏ ਜੀਵਨ ਦੇ ਵਿੱਚ ਗੁਰਬਾਣੀ ਨੂੰ ਪੜ੍ਹਿਆ, ਮੂਲ ਮੰਤਰ ਸਾਹਿਬ ਦਾ ਪਾਠ ਕੀਤਾ ਜਾਂ ਕੀਰਤਨ ਨੂੰ ਸੁਣਿਆ, ਗਾਇਆ ਜਾਂ ਸਾਰੀ ਉਮਰ ਜਸਾ ਸੰਜਮ ਕਮਾਇਆ, ਅਤੇ ਇਹ ਨਹੀਂ ਕਿ ਉਹ ਵਿਅਰਥ ਚਲਾ ਗਿਆ। ਜੋ ਵੀ ਅਸੀਂ ਘਾਲਣਾ ਮਾਲਕ ਦੇ ਪਿਆਰ ਦੇ ਵਿੱਚ ਘਾਲੀ ਹੈ ਜਾਂ ਉਹਨਾਂ ਨੂੰ ਲੱਭਣ ਦੇ ਲਈ ਅਸੀਂ ਜੋ ਯਤਨ ਕਰਦੇ ਰਹੇ ਹਾਂ, ਉਹ ਸਾਡੇ ਸਾਰੇ ਜਮ੍ਹਾਂ ਹੋ ਜਾਂਦੇ ਆ। ਅਤੇ ਇਹ ਜਿਹੜਾ ਤੁਸੀਂ ਸਹਿਜ ਸਿਮਰਨ ਜਾਂ ਜਿਸ ਤਰ੍ਹਾਂ ਵੀ ਗੁਰਮੁਖ ਕਰਦੇ ਰਹੇ ਆ, ਉਹਨਾਂ ਦੇ ਸਵਾਸ ਜਮ੍ਹਾਂ ਹੋ ਜਾਂਦੇ ਆ। ਜਿਹਨੂੰ ਮਹਾਰਾਜ ਕਹਿੰਦੇ, ਜੋ ਜੋ ਤੁਮਰੇ ਧਿਆਨ ਕੋ ਨਿਤ ਉੱਠਦੇ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵੇਂਗੇ ਭਗਵੰਤ। ਜਿਹੜੇ ਵੀ ਆਪਾਂ ਉਹਨਾਂ ਦੇ ਧਿਆਨ ਵਿੱਚ ਘਾਲਣਾ ਘਾਲੀ ਹੈ, ਨਹੀਂ ਸੀ ਪਤਾ, ਸੰਗਤ ਨਹੀਂ ਮਿਲੀ, ਉਹ ਸਫਲ ਹੋਈ ਆ। ਅਤੇ ਹੁਣ ਜਿਹੜਾ ਹੈ ਉਹਨਾਂ ਨੂੰ, ਗੁਰਮੁਖਾਂ ਨੂੰ ਕਹੋ, ਇਹਨਾਂ ਦੇ 90% ਜਿਹੜਾ ਹੈ ਕੰਨਾਂ ਦੇ ਵਿੱਚ ਆਵਾਜ਼ਾਂ ਸ਼ੁਰੂ ਹੋ ਗਈਆਂ ਹੋਣਗੀਆਂ। ਇਹਨਾਂ ਨੂੰ ਕਹੋ ਕਿ ਅੰਤਰਗਤ ਮਹਿਸੂਸ ਕਰਨ, ਬਾਹਰਲੇ ਕੰਨ ਬੰਦ ਕਰਕੇ ਅੰਦਰੋਂ ਦੇਖਣ ਵੀ ਆਵਾਜ਼ਾਂ ਸ਼ੁਰੂ ਹੋਈਆਂ ਨੇ। ਅਤੇ ਜੇ ਆਵਾਜ਼ਾਂ ਸ਼ੁਰੂ ਹੋ ਗਈਆਂ ਨੇ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ। ਅਤੇ ਹੁਣ ਵੀ ਜੇ ਜ਼ੋਰ ਲਾਉਣ ਦੀ ਜਾਂ ਬਾਲਾ ਉੱਚੀ ਬੋਲਣ ਦੀ ਲੋੜ ਨਹੀਂ, ਅਤੇ ਸਹਿਜ ਸਭਾ ਜਿੰਨੀ ਕੁ ਮੁੱਖ ਤੋਂ ਕੰਨਾਂ ਤੱਕ ਆਵਾਜ਼ ਜਾਂਦੀ, ਅਤੇ ਸਾਸ ਗ੍ਰਾਸ ਜਾਂ ਹੌਲੀ ਹੌਲੀ ਬੋਲ ਕੇ ਸਿਮਰਨ ਸ਼ੁਰੂ ਕਰ ਦੇਣ। ਵਾਹਿਗੁਰੂ, 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 ਬਸ ਇੰਨੀ ਆਵਾਜ਼। ਅਤੇ ਜਿਹੜੀ ਅੰਦਰ ਧੁੰਨ ਚੱਲੇਗੀ, ਚੱਲਦੀ ਹੋਣੀ ਆ, ਪਹਿਲੀ ਗੱਲ ਤਾਂ ਇਹਨਾਂ ਦੇ ਸ਼ਬਦ ਚੱਲਦੇ ਹੋਣਗੇ, 5 ਸ਼ਬਦ ਜਾਂ ਹੋਰ, ਪਤਾ ਇਹਨਾਂ ਨੂੰ ਕਨਫਰਮ ਕਰ ਲਿਓ। ਅੱਗੇ ਫਿਰ ਇੱਕ ਧੁੰਨ ਚੱਲਦੀ, ਉਹ ਧੁੰਨ ਨੂੰ ਸੁਣਦੇ ਰਹਿਣ। ਅਤੇ ਜਿੰਨਾ ਵੀ ਹੁਣ ਸਮਾਂ ਮਹਾਰਾਜ ਨੇ ਹੋਰ ਪਿੱਛੇ ਰਿਹਾ, ਅਤੇ ਉਹ ਥੋੜ੍ਹਾ ਥੋੜ੍ਹਾ ਨਾਲ ਸਿਮਰਨ, ਅਤੇ ਧੁੰਨ ਨੂੰ ਸੁਣਦੇ ਰਹਿਣ, ਅਤੇ ਸਿਮਰਨ ਕਰਦੇ ਰਹਿਣ, ਅਤੇ ਗੁਰੂ ਸਾਹਿਬ ਕਿਰਪਾ ਕਰਨਗੇ ਇਹਨਾਂ 'ਤੇ। ਅਤੇ ਆਪਣਾ ਬਾਕੀ ਜਿਹੜੇ ਇਹਨਾਂ ਦੇ ਜਿੰਨਾ ਇਹਨਾਂ ਨੇ ਘਾਲਣਾ ਘਾਲੀਏ, ਉਹ ਸਵਾਸ ਇਹਨਾਂ ਦੇ ਜਮ੍ਹਾਂ ਹੋ ਜਾਂਦੇ ਨੇ। ਅਤੇ ਬਾਕੀ ਇਹ ਨਹੀਂ ਹੈਗਾ ਵੀ ਸਾਨੂੰ ਕੋਈ ਜਗ੍ਹਾ ਨਹੀਂ ਮਿਲਣੀ, ਸਾਨੂੰ ਜਗ੍ਹਾ ਮਿਲਦੀ ਹੈ ਕਿਉਂਕਿ ਉਹਦੀ ਯਾਦ ਨੂੰ ਜਗ੍ਹਾ ਮਿਲਣੀ ਹੈ। ਅਤੇ ਯਾਦ, ਮਹਾਰਾਜ ਕਹਿੰਦੇ, ਕੋਈ ਗਾਵੈ ਕੋ ਸੁਣੈ ਕੋ ਕਰੈ ਵਿਚਾਰ, ਕੋਈ ਉਪਦੇਸ਼ ਹੈ ਕੋਈ ਦ੍ਰਿੜ ਹੈ ਵਿੱਚੇ ਹੋਵੇ ਉਧਾਰ। ਅਤੇ ਉਹਦੀ ਯਾਦ ਵਿੱਚ ਤਾਂ ਲੱਗੇ ਰਿਹਾ ਨਾ, ਕੋਈ ਗੱਲ ਨਹੀਂ, ਮਹਾਰਾਜ ਜਗ੍ਹਾ ਦੇਣਗੇ, ਸਵਾਸ ਸਫਲੇ ਕਰਨਗੇ, ਗੁਰਮੁਖਾਂ ਦਾ ਜੀਵਨ ਜਿਹੜਾ ਸਫਲਾ ਕਰਨਗੇ। ਮਹਾਰਾਜ ਨੂੰ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ।